ਜੀ ਸਤਿ ਸ਼੍ਰੀ ਅਕਾਲ, ਵੈਲਕਮ ਬੈਕ ਟੂ ਆਰ ਚੈਨਲ। ਥੈਂਕ ਯੂ ਸੋ ਮੱਚ। ਵੀਡੀਓਜ਼ ਨੂੰ ਤੁਸੀਂ ਪਸੰਦ ਕਰਦੇ ਹੋ ਅਤੇ ਤੁਸੀਂ ਕਮੈਂਟ ਕਰਕੇ ਦੱਸ ਦਿਓ ਕਿ ਨੈਕਸਟ ਵਲੋਗ ਜਿਹੜਾ ਹੈ ਮੈਂ ਕਿਹੜੇ ਟੋਪਿਕ 'ਤੇ ਲੈ ਕੇ ਆਵਾਂ, ਕਿਉਂਕਿ ਮੈਨੂੰ ਵੀ ਲੱਗਦਾ ਕਿ ਜੇਕਰ ਤੁਸੀਂ ਵੀਡੀਓਜ਼ ਦੇਖਦੇ ਹੋ ਲੱਗਦਾ ਹੈ ਕੁਛ ਮੈਂ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰ ਸਕਾਂ, ਅਤੇ ਮੈਂ ਜ਼ਰੂਰ ਕਰਦੀ ਹਾਂ। ਮੈਂ ਪੋਸਟ ਕੀਤਾ ਸੀ ਇੰਸਟਾਗ੍ਰਾਮ 'ਤੇ ਅਤੇ ਕਾਫੀ ਸਾਰੇ ਲੋਕਾਂ ਨੇ ਕਮੈਂਟ ਕੀਤਾ ਸੀ ਤੁਸੀਂ ਇੰਨੀ ਜਲਦੀ ਵੇਟ ਲੋਸ ਕਿੱਦਾਂ ਕੀਤਾ। ਈਵਨ ਮੇਰੇ ਰਿਲੇਟਿਵਸ ਜਿਹੜੇ ਆ ਉਹ ਹੈਰਾਨ ਰਹਿ ਗਏ ਸੀ ਕਿ ਮੈਂ ਇੰਨੀ ਜਲਦੀ ਪਤਲੀ ਕਿੱਦਾਂ ਹੋ ਗਈ। ਸਿਰਫ ਇੱਕ ਮੰਥ ਦੇ ਵਿੱਚ, ਮੈਨੂੰ ਲੱਗਦਾ 1.5 ਮਹੀਨੇ ਦਾ ਆਪਾਂ ਫੰਕਸ਼ਨ ਜਦੋਂ ਕੀਤਾ ਸੀ ਉਹ ਮੈਂ ਫੋਟੋਜ਼ ਜਿਹੜੀਆਂ ਪੋਸਟ ਕੀਤੀਆਂ ਸੀ ਉਹ ਮੈਂ ਕਲਿੱਕ ਕੀਤੀਆਂ ਸੀ, ਅਤੇ ਉਹਦੇ ਵਿੱਚ ਸਾਰੇ ਹੈਰਾਨ ਹੋ ਗਏ ਸੀ ਕਿ ਇੰਨੀ ਘੱਟ ਟਾਈਮ ਪੀਰੀਅਡ ਦੇ ਵਿੱਚ ਮੈਂ ਇੰਨਾ ਵੇਟ ਲੋਸ ਕਿੱਦਾਂ ਕਰਤਾ। ਸੋ ਅੱਜ ਇਸ ਵਲੋਗ ਦੇ ਵਿੱਚ ਮੈਂ ਇਹੀ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਕਿ ਕਿੱਦਾਂ ਮੈਂ ਇੰਨੀ ਛੇਤੀ ਵੇਟ ਲੋਸ ਕੀਤਾ। ਅਤੇ ਪਹਿਲਾਂ ਵੀ ਮੈਂ ਆਪਣੇ ਡਾਇਟ ਵਲੋਗ ਦੇ ਵਿੱਚ ਵੀ ਮੈਂ ਦੱਸਿਆ ਹੋਇਆ ਕਿ ਕਿਹੜੀ ਡਾਇਟ ਮੈਂ ਪ੍ਰੋਪਰ ਫੋਲੋ ਕੀਤੀ ਸੀ ਜਿਹਦੇ ਕਰਕੇ ਐਕਸਟਰਾ ਵੇਟ ਗੇਨ ਜਿਹੜਾ ਆ ਉਹ ਨਹੀਂ ਹੁੰਦਾ ਹੈਗਾ। ਮੈਂ ਵੀ ਦੱਸੂੰਗੀ ਮੇਰਾ ਕਿੰਨਾ ਵੇਟ ਗੇਨ ਹੋਇਆ ਅਤੇ ਹੋਇਆ, ਚਲੋ ਦੇਖਦੇ ਹਾਂ ਇਸ ਵਲੋਗ ਇਨਟੇਕ ਕਿੱਦਾਂ ਮੈਨੇਜ ਕਰ ਸਕਦੇ ਹਾਂ ਤਾਂ ਕਿ ਸਾਡਾ ਜਿਹੜਾ ਵੇਟ ਗੇਨ ਵੀ ਮਤਲਬ ਉਸ ਹਿਸਾਬ ਨਾਲ ਜ਼ਿਆਦਾ ਨਾ ਹੋਵੇ ਅਤੇ ਸਾਨੂੰ ਪੂਰੇ ਨਿਊਟ੍ਰੀਐਂਟਸ ਮਿਲ ਸਕਣ। ਜੇਕਰ ਤੁਸੀਂ ਉਹ ਵੀ ਵਲੋਗ ਦੇਖਣਾ ਚਾਹੁੰਦੇ ਹੋ ਤੁਸੀਂ ਡਿਸਕ੍ਰਿਪਸ਼ਨ ਦੇ ਵਿੱਚ ਕਲਿੱਕ ਕਰਕੇ ਦੇਖ ਸਕਦੇ ਹੋ ਅਤੇ ਉਹਦੇ ਵਿੱਚ ਤੁਹਾਨੂੰ ਸਾਰੀ ਇਨਫੋਰਮੇਸ਼ਨ ਮਿਲ ਜੂਗੀ ਕਿ ਜਿੱਦਾਂ ਜਿੱਦਾਂ ਮੈਂ ਆਪਣਾ ਡਾਇਟ ਪਲਾਨ ਜਿਹੜਾ ਆ ਬਣਾਇਆ ਸੀ ਅਤੇ ਮੈਂ ਆਪਣਾ ਡਾਇਟ ਜਿਹੜਾ ਆ ਫੋਲੋ ਕਰਦੀ ਹੁੰਦੀ ਸੀ। ਸੋ ਹੁਣ ਰਹੀ ਗੱਲ ਵੇਟ ਲੋਸ ਦੀ, ਮੈਂ ਤੁਹਾਨੂੰ ਦੱਸਦੀ ਹਾਂ ਇਸ ਟਾਈਮ ਮੇਰਾ ਵੇਟ ਜਿਹੜਾ ਹੈਗਾ 68 ਸਮਥਿੰਗ ਹੈਗਾ। ਅਤੇ ਪ੍ਰੈਗਨੈਂਸੀ ਟਾਈਮ ਜਦੋਂ ਮਤਲਬ ਪੂਰਾ ਪ੍ਰੋਪਰ ਟਾਈਮ ਸੀ ਉਸ ਟਾਈਮ ਮੇਰਾ ਵੇਟ ਹੋ ਗਿਆ ਸੀ 78 ਸਮਥਿੰਗ, ਮਤਲਬ ਪ੍ਰੋਪਰ ਜਿਹੜਾ ਆ 10 ਕਿਲੋ ਮੇਰਾ ਘਟਿਆ ਆ। ਜੀ ਤੁਸੀਂ ਸਹੀ ਸੁਣਿਆ, ਮੇਰਾ ਵੇਟ ਜਿਹੜਾ ਆ ਪੂਰਾ 10 ਕਿਲੋ ਘੱਟ ਗਿਆ ਆ। ਅਤੇ ਉਹ ਕਿੱਦਾਂ ਹੋਇਆ ਆ, ਤੁਸੀਂ ਪਹਿਲਾਂ ਸਾਰਿਆਂ ਨੂੰ ਪਤਾ ਕਿ ਵੇਟ ਗੇਨ ਪ੍ਰੈਗਨੈਂਸੀ ਟਾਈਮ ਹੁੰਦਾ ਹੈ, ਉਹ ਵੇਟ ਜਿਹੜਾ ਬੇਬੀ ਦਾ ਵੀ ਵੇਟ ਗੇਨ ਹੁੰਦਾ ਆ, ਜਿਹੜਾ ਫਲੂਡ ਹੁੰਦਾ ਬੇਬੀ ਦੇ ਆਲੇ ਦੁਆਲੇ ਉਹਦਾ ਵੀ ਵੇਟ ਹੁੰਦਾ, ਅਤੇ ਆਪਣਾ ਵੀ ਕਾਫੀ ਵੇਟ ਜਿਹੜਾ ਆ ਉਹ ਗੇਨ ਹੁੰਦਾ। ਫੈਟ ਤੁਸੀਂ ਦੇਖ ਸਕਦੇ ਹੋ ਫੇਸ 'ਤੇ ਵੀ ਆਉਂਦਾ, ਬਟ ਹੁਣ ਕਾਫੀ ਹੱਦ ਤੱਕ ਘੱਟ ਹੋ ਗਿਆ। ਅਤੇ ਹੁਣ ਵੀ ਮੈਂ ਇਹਦੇ 'ਤੇ ਵਰਕ ਕਰ ਰਹੀ ਹਾਂ ਕਿ ਜਿੰਨਾ ਵੀ ਐਕਸਟਰਾ ਮੇਰਾ 68 ਤੋਂ ਵੀ ਘੱਟ ਹੋ ਸਕੇ, ਹੋਰ 5-7 ਕਿਲੋ ਜਿਹੜਾ ਮੈਂ ਘਟਾਉਣਾ ਆ ਉਹ ਮੈਂ ਕੰਮ ਕਰ ਰਹੀ ਹਾਂ ਉਹਦੇ 'ਤੇ। ਸੋ ਇੱਕਦਮ ਵੇਟ ਲੋਸ ਕਿੱਦਾਂ ਹੁੰਦਾ ਆ ਜਦੋਂ ਤੁਸੀਂ ਦੇਖਦੇ ਹੋ ਡਿਲੀਵਰੀ ਤੋਂ ਬਾਅਦ ਆਪਣਾ ਬੇਬੀ ਡਿਲੀਵਰ ਹੁੰਦਾ, ਬੇਬੀ ਦਾ ਵੇਟ ਘੱਟ ਜਾਂਦਾ ਅਤੇ ਫਲੂਇਡ ਦਾ ਵੇਟ ਜਿਹੜਾ ਆ ਉਹ ਘੱਟ ਜਾਂਦਾ ਆ। ਜਿਹੜਾ ਐਕਸਟਰਾ ਫੈਟ ਜਿਹੜਾ ਆ ਆਪਾਂ ਗੇਨ ਕੀਤਾ ਹੁੰਦਾ ਹੈ ਡਿਊਰਿੰਗ ਪ੍ਰੈਗਨੈਂਸੀ, ਆਪਣੀ ਕਰੇਵਿੰਗ ਕਰਕੇ, ਆਪਣਾ ਫੂਡ ਇਨਟੇਕ ਕਰਕੇ, ਆਪਾਂ ਜਿਹੜਾ ਐਕਸਟਰਾ ਫੂਡ ਖਾਂਦੇ ਹਾਂ, ਆਪਾਂ ਸ਼ੂਗਰ ਖਾਂਦੇ ਹਾਂ, ਆਪਣਾ ਓਇਲ ਖਾਂਦੇ ਹਾਂ, ਉਹ ਜਿਹੜਾ ਐਕਸਟਰਾ ਫੈਟ ਹੁੰਦਾ ਆ ਨਾ ਉਹ ਇੰਨੀ ਛੇਤੀ ਨਹੀਂ ਜਾਂਦਾ। ਸੋ ਮੇਰਾ ਜਿਹੜਾ ਆ 10 ਕਿਲੋ ਤਾਂ ਘਟਿਆ, ਮੰਨ ਲਓ ਬੇਬੀ ਦਾ ਵੇਟ ਘਟਿਆ ਅਤੇ ਫਲੂਇਡ ਦਾ ਵੇਟ ਘਟਿਆ, ਅਤੇ ਜਿਹੜਾ ਐਕਸਟਰਾ ਥੋੜ੍ਹਾ ਬਹੁਤਾ ਫੈਟ ਸੀ ਨਾ ਉਹ ਘਟਿਆ। ਅਤੇ ਉਹ ਘੱਟ ਕਿਉਂ ਰਿਹਾ, ਕਿਉਂਕਿ ਮੈਂ ਆਪਣੀ ਡਾਇਟ ਪ੍ਰੋਪਰ ਰੱਖੀ ਸੀ। ਮੈਂ ਆਪਣੇ ਫੂਡ ਦੇ ਵਿੱਚ, ਮੈਂ ਪਹਿਲਾਂ ਵੀ ਦੱਸਿਆ ਕਿ ਮੈਂ ਓਇਲ ਇਨਟੇਕ ਬਹੁਤ ਘੱਟ ਰੱਖਿਆ, ਫਰਾਈਡ ਚੀਜ਼ਾਂ ਮੈਂ ਬਹੁਤ ਘੱਟ ਖਾਂਦੀ ਹੁੰਦੀ ਸੀ, ਅਤੇ ਸ਼ੂਗਰ ਇਨਟੇਕ ਵੀ ਮੈਂ ਬਹੁਤ ਜ਼ਿਆਦਾ ਮਤਲਬ ਖਾਇਆ ਲਾਸਟ ਦੇ ਵਿੱਚ ਖਾਇਆ, ਸਟਾਰਟਿੰਗ ਪੀਰੀਅਡ ਦੇ ਵਿੱਚ ਮੈਂ ਸ਼ੂਗਰ ਬਿਲਕੁਲ ਨਹੀਂ ਖਾਇਆ। ਸੋ ਉਹ ਸ਼ੂਗਰ ਕਰਕੇ ਜਿਹੜਾ ਮੇਰਾ ਗੇਨ ਹੋਣਾ ਸੀ ਉਹ ਵੀ ਇੰਨਾ ਜ਼ਿਆਦਾ ਨਹੀਂ ਹੋਇਆ, ਅਤੇ ਬਾਕੀ ਜਿਹੜਾ ਆ ਵੇਟ ਲੋਸ ਹੋਣ ਦੀ ਜਰਨੀ ਜਿਹੜੀ ਆ ਉਹ ਕਿੱਦਾਂ ਰਹੀ ਆ ਕਿ ਜਦੋਂ ਪ੍ਰੈਗਨੈਂਸੀ ਟਾਈਮ ਵੀ ਮੈਂ ਐਕਟਿਵ ਰਹੀ ਹਾਂ, ਮੈਂ ਵਾਕ ਕਰਦੀ ਰਹੀ ਹਾਂ। ਈਵਨ ਜਦੋਂ ਡਿਲੀਵਰੀ ਹੋਈ ਆ ਉਦੋਂ ਵੀ ਡਾਕਟਰ ਤਾਂ ਈਵਨ ਕਹਿੰਦੇ ਹੀ ਆ ਕਿ ਤੁਸੀਂ ਵਾਕ ਕਰੋ, ਬਟ ਉੱਦਾਂ ਵੀ ਹਲਕਾ ਫੁਲਕਾ ਘਰੇ ਮਨਾ ਕਰਦੇ ਹੁੰਦੇ ਸੀ ਸਾਰੇ ਕਿ ਇੰਨਾ ਨਹੀਂ ਤੁਰਨਾ ਹੈਗਾ, ਬਟ ਫਿਰ ਸਟਿਲ ਨਹੀਂ ਬੈਠਿਆ ਜਾਂਦਾ ਆਪਣੇ ਤੋਂ। ਹਲਕਾ ਫੁਲਕਾ ਮੈਂ ਘਰ ਦੇ ਵਿੱਚ ਹੀ ਵਾਕ ਕਰਦੀ ਹੁੰਦੀ ਸੀ, ਜਿਹਦੇ ਨਾਲ ਥੋੜ੍ਹਾ ਬਹੁਤਾ ਉਹ ਘਟਿਆ ਹੈਗਾ। ਅਤੇ ਸਪੈਸ਼ਲ ਟਿਪ ਵੀ ਕਹਿ ਲਓ ਹੁੰਦਾ, ਇੱਕਦਮ ਤੁਸੀਂ ਆਪਣੀ ਬੋਡੀ ਦੇ ਵਿੱਚ ਚੇਂਜ ਦੇਖਦੇ ਹੋ, ਮੈਂ ਰਿਕਮੈਂਡ ਕਰੂੰਗੀ, ਮੈਂ ਤੁਹਾਨੂੰ ਕਹਿੰਦੀ ਹਾਂ, ਮੈਂ ਚੈਲੰਜ ਕਰਦੀ ਹਾਂ ਕਿ ਤੁਸੀਂ ਇਹ ਗੱਲ ਮੰਨੋਗੇ ਨਾ, ਜਿਹੜੀ ਵੀ ਪ੍ਰੈਗਨੈਂਟ ਲੇਡੀਜ਼ ਹੈਗੀਆਂ, ਜਿਹੜੀ ਵੀ ਮੇਰੀ ਭੈਣਾਂ ਹੈਗੀਆਂ ਜਿਨ੍ਹਾਂ ਦੀ ਡਿਲੀਵਰੀ ਬਹੁਤ ਨੇੜੇ ਆ, ਆਹ ਟਿਪ ਤੁਸੀਂ
ਬੰਨ ਲਓ, ਗੱਠ ਬੰਨ ਲਓ, ਅਤੇ ਮੈਂ ਤੁਹਾਨੂੰ 100% ਗਰੰਟੀ ਲੈਂਦੀ ਹਾਂ ਕਿ ਇਹਦੇ ਨਾਲ ਤੁਹਾਡਾ ਵੇਟ ਲੋਸ ਜ਼ਰੂਰ ਹੁੰਦਾ ਆ। ਅਤੇ ਮੇਰਾ ਵੀ ਤੁਸੀਂ ਦੇਖ ਸਕਦੇ ਹੋ ਕਿ ਵੇਟ ਲੋਸ ਹੋਇਆ, ਐਕਸਟਰਾ ਫੈਟ ਜਿਹੜਾ ਹੈ ਫੇਸ 'ਤੇ ਥੋੜ੍ਹਾ ਜਿਹਾ ਰਹਿ ਗਿਆ। ਮੋਮੀ ਟਮੀ ਹੁੰਦੀ ਆ ਉਹ ਤਾਂ ਆਪਾਂ ਨੂੰ ਪਤਾ ਹੈ, ਡਾਇਟ ਨਾਲ ਅਤੇ ਐਕਸਰਸਾਈਜ਼ ਨਾਲ ਜਾਣੀ ਆ। ਪ੍ਰੋਪਰ ਡਾਇਟ ਆਪਾਂ ਫੋਲੋ ਕਰਨੀ ਹੁੰਦੀ ਆ, ਆਪਾਂ ਕਾਰਬਸ ਜਿਹੜੇ ਆ ਉਹ ਘੱਟ ਕਰਨੇ ਆ, ਅਤੇ ਡਾਇਟ ਵੀ ਆਪਾਂ ਪ੍ਰੋਪਰ ਲੈਣੀ ਹੁੰਦੀ ਹੈ ਕਿਉਂਕਿ ਬੇਬੀ ਨੂੰ ਆਪਣੇ ਤੋਂ ਫੀਡ ਮਿਲ ਰਹੀ ਆ, ਅਤੇ ਆਪਣੀ ਬੋਡੀ ਵੀ ਰਿਕਵਰ ਹੁੰਦੀ ਹੈ। ਅਤੇ ਆਪਾਂ ਵੀ ਇਹ ਇੱਦਾਂ ਵੀ ਨਹੀਂ ਹੈਗਾ ਕਿ ਪੂਰੀ ਆਪਾਂ ਡਾਇਟ ਪੀਰੀਅਡ ਦੇ ਵਿੱਚ ਜਾ ਸਕਦੇ ਹਾਂ ਜਾਂ ਫੂਡ ਘੱਟ ਕਰ ਸਕਦੇ ਹਾਂ, ਕੁਛ ਇੱਦਾਂ ਉਹ ਮੈਨੇਜ ਕਰਨਾ ਹੁੰਦਾ। ਉਹ ਵਿਮਸਲ ਟਿਪ ਦੀ ਜਿਹੜੀ ਮੈਂ ਗੱਲ ਕਰ ਰਹੀ ਸੀ ਉਹ ਕੀ ਹੈਗਾ, ਬ੍ਰੈਸਟ ਫੀਡਿੰਗ। ਇਸ ਤੁਸੀਂ ਸਹੀ ਸੁਣਿਆ, ਅਤੇ ਬ੍ਰੈਸਟ ਫੀਡਿੰਗ ਜਿਹੜੀ ਆ ਉਹਦੇ ਨਾਲ ਆਪਣਾ ਲੋਸ ਦੇ ਵਿੱਚ ਬਹੁਤ ਜ਼ਿਆਦਾ ਹੈਲਪ ਮਿਲਦੀ ਆ, ਅਤੇ ਆਪਣਾ ਵੇਟ ਜਿਹੜਾ ਇੱਕਦਮ ਬਹੁਤ ਘੱਟ ਹੁੰਦਾ। ਇਹ ਨਾ ਸੋਚਿਓ, ਕਿਉਂਕਿ ਕਾਫੀ ਸਾਰੇ ਸੋਚਣ ਲੱਗ ਜਾਂਦੇ ਆ, ਕਾਫੀ ਮਿਥਸ ਵੀ ਬਣੇ ਹੋਏ ਆ, ਕਾਫੀ ਸਾਰੇ ਲੋਕ ਇੱਦਾਂ ਵੀ ਸੋਚਦੇ ਆ ਕਿ ਬ੍ਰੈਸਟ ਫੀਡਿੰਗ ਨਾਲ ਕਮਜ਼ੋਰੀ ਆਉਂਦੀ ਹੈ ਅਤੇ ਥੋੜ੍ਹਾ ਟਾਈਮ ਆਪਾਂ ਬ੍ਰੈਸਟ ਫੀਡ ਕਰੀਏ ਅਤੇ ਉਹ ਤੋਂ ਬਾਅਦ ਛੱਡ ਦਿੰਦੇ ਹਾਂ, ਜਾਂ ਆਪਾਂ ਨੂੰ ਪ੍ਰੋਬਲਮ ਆਉਂਦੀ ਹੈ ਸਟਾਰਟਿੰਗ ਦੇ ਵਿੱਚ। ਡੈਫੀਨੇਟਲੀ ਪ੍ਰੋਬਲਮ ਆਉਂਦੀ ਹੈ ਸਾਰਿਆਂ ਨੂੰ, ਮੈਨੂੰ ਵੀ ਆਈ ਸੀ ਕਿ ਸਟਾਰਟਿੰਗ ਦੇ ਵਿੱਚ ਜਦੋਂ ਆਪਾਂ ਸਟਾਰਟ ਕਰਦੇ ਹਾਂ ਬਹੁਤ ਹੀ ਜ਼ਿਆਦਾ ਪੇਨਫੁਲ ਹੁੰਦਾ ਹੈ, ਅਤੇ ਆਪਾਂ ਸੋਚ ਲੈਂਦੇ ਕਿ ਨਹੀਂ ਆਪਾਂ ਆਪਣੇ ਤੋਂ ਨਹੀਂ ਹੋ ਰਿਹਾ ਜਾਂ ਬੇਬੀ ਨੂੰ ਪ੍ਰੋਪਰ ਫੀਡ ਨਹੀਂ ਮਿਲ ਰਿਹਾ, ਆਪਾਂ ਡਰ ਦੇ ਕਰਕੇ ਆਪਾਂ ਫਾਰਮੂਲਾ ਦੇ ਵੱਲ ਚੱਲ ਪੈਂਦੇ ਹਾਂ, ਫਾਰਮੂਲਾ ਮਿਲਕ ਦੇ ਵੱਲ ਚੱਲ ਪੈਂਦੇ ਹਾਂ। ਬਟ ਤੁਸੀਂ ਕਰੋ ਜਿੰਨੀ ਲੋੜ ਆ, ਬਟ ਮੈਂ ਤੁਹਾਨੂੰ 100% ਗਰੰਟੀ ਦੇ ਨਾਲ ਮੈਂ ਜਿੱਦਾਂ ਕਿਹਾ ਕਿ ਜਿੰਨੀ ਜ਼ਿਆਦਾ ਆਪਾਂ ਬ੍ਰੈਸਟ ਫੀਡਿੰਗ ਕਰਦੇ ਹਾਂ, ਜਿੰਨਾ ਜ਼ਿਆਦਾ ਆਪਾਂ ਬੇਬੀ ਨੂੰ ਫੀਡ ਕਰਦੇ ਹਾਂ, ਉੰਨਾ ਹੀ ਸਾਡਾ ਵੇਟ ਲੋਸ ਹੁੰਦਾ ਅਤੇ ਉੰਨੀ ਹੀ ਜ਼ਿਆਦਾ ਹੈਲਪ ਮਿਲਦੀ ਹੈ ਸਾਨੂੰ ਕੈਲਰੀ ਬਰਨ ਹੋਣ ਲਈ। ਜਿੰਨਾ ਜ਼ਿਆਦਾ ਜਿੰਨੀ ਵਾਰੀ ਤੁਸੀਂ ਬ੍ਰੈਸਟ ਫੀਡਿੰਗ ਕਰਦੇ ਹੋ ਉੰਨੀ ਜ਼ਿਆਦਾ ਕੈਲਰੀਜ਼ ਜਿਹੜੀ ਆਪਣੀ ਬਰਨ ਹੁੰਦੀ ਹੈ। ਜੇਕਰ ਤੁਸੀਂ ਐਕਸਟਰਾ ਫੈਟ ਵੀ ਖਾ ਰਹੇ ਹੋ ਜਾਂ ਆਪਾਂ ਪੰਜੀਰੀ ਟਾਈਪ ਖਾਂਦੇ ਹਾਂ, ਉਹ ਗਲਤ ਫੈਟ ਨਹੀਂ ਹੁੰਦਾ, ਗੁੱਡ ਫੈਟ ਹੁੰਦਾ ਉਹਦੇ ਵਿੱਚ, ਅਤੇ ਉਹਦੇ ਨਾਲ ਕੀ ਹੁੰਦਾ ਆ ਆਪਣੀ ਫੈਟ ਲੋਸ ਅਤੇ ਆਪਣਾ ਜਿਹੜਾ ਵਜ਼ਨ ਹੈ ਬਹੁਤ ਛੇਤੀ ਘੱਟ ਹੁੰਦਾ। ਤੁਸੀਂ ਦੇਖ ਸਕਦੇ ਹੋ, ਮੇਰਾ ਐਗਜ਼ਾਮਪਲ ਤੁਸੀਂ ਦੇਖਿਆ ਆ, ਬਾਕੀ ਤੁਸੀਂ ਜਦੋਂ ਕਰੋਗੇ ਉਦੋਂ ਤੁਹਾਨੂੰ ਪਤਾ ਲੱਗੂਗਾ ਕਿ ਹਾਂ ਸੱਚੀ ਇਹ ਵਰਕ ਕਰਦਾ ਆ। ਟਿਪ ਆਫ ਦ ਡੇ ਕਿ ਬ੍ਰੈਸਟ ਫੀਡਿੰਗ ਕਰਨੀ ਆ ਆਪਾਂ, ਐਕਸਰਸਾਈਜ਼ ਤੁਸੀਂ ਸਟਾਰਟ ਕਰ ਸਕਦੇ ਥੋੜ੍ਹੇ ਟਾਈਮ ਬਾਅਦ। ਮੈਨੂੰ ਲੱਗਦਾ ਕਿ 2 ਮਹੀਨੇ ਬਾਅਦ, ਮੈਨੂੰ ਵੀ 2 ਮਹੀਨੇ ਹੋ ਗਏ, ਹੌਲੀ ਹੌਲੀ ਮੈਂ ਵਰਕ ਕਰਨਾ ਸਟਾਰਟ ਕੀਤਾ, ਵਰਕ 'ਤੇ ਮੈਂ ਜਾਂਦੀ ਹੁੰਦੀ ਹਾਂ, ਆਪਾਂ ਵਰਕ 'ਤੇ ਜਾ ਕੇ ਸਟਾਰਟ ਕਰ ਸਕਦੇ ਹਾਂ ਹੌਲੀ ਹੌਲੀ ਐਕਸਰਸਾਈਜ਼। ਆਪਾਂ ਹੈਵੀ ਐਕਸਰਸਾਈਜ਼ ਬਿਲਕੁਲ ਵੀ ਨਹੀਂ ਕਰਨੀ ਹੁੰਦੀ, ਮੈਂ ਸਟਾਰਟ ਕਰਨੀ ਹਾਂ ਬਹੁਤ ਜਲਦੀ, ਅਤੇ ਮੈਂ ਤੁਹਾਡੇ ਨਾਲ ਵੀ ਉਹ ਜਰਨੀ ਵੀ ਪੂਰੀ ਵੇਟ ਲੋਸ ਦੀ, ਮੈਂ ਤੁਹਾਨੂੰ ਪ੍ਰੋਮਿਸ ਕੀਤਾ ਕਿ ਮੈਂ ਪੂਰੀ ਵੇਟ ਲੋਸ ਦੀ ਜਰਨੀ ਜਿਹੜੀ ਆ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ, ਅਤੇ ਰਿਜ਼ਲਟ ਤੁਸੀਂ ਵੀ ਦੇਖੋਗੇ। ਮੈਂ ਆਪਣੇ ਆਪ ਨੂੰ ਚੈਲੰਜ ਕੀਤਾ ਕਿ ਮੈਂ ਇੰਨੇ ਟਾਈਮ ਦੇ ਵਿੱਚ ਆਪਣਾ ਇੰਨਾ ਵੇਟ ਘਟਾਉਣਾ ਆ, ਅਤੇ ਉਹ ਚੈਲੰਜ ਮੈਂ ਦੇਖਦੀ ਹਾਂ ਕਿ ਮੈਂ ਕਿੰਨੇ ਟਾਈਮ ਦੇ ਵਿੱਚ ਪੂਰਾ ਕਰ ਸਕਦੀ ਹਾਂ। ਕਿਉਂਕਿ ਹੁਣ ਫੂਡ ਕਰੇਵਿੰਗ, ਮੈਂ ਫੂਡੀ ਹਾਂ ਬਹੁਤ ਜ਼ਿਆਦਾ, ਬਟ ਹੁਣ ਪ੍ਰੈਗਨੈਂਸੀ ਟਾਈਮ ਇੰਨਾ ਜ਼ਿਆਦਾ ਖਾ ਲਿਆ ਜਾਂ ਇੰਨਾ ਜ਼ਿਆਦਾ ਫੂਡ ਕਰੇਵਿੰਗ ਜਿਹੜੀ ਆ ਉਹ ਕਵਰ ਹੋ ਚੁੱਕੀ ਹੈ ਕਿ ਹੁਣ ਖਾਣ ਨੂੰ ਜੀ ਨਹੀਂ ਕਰਦਾ, ਅਤੇ ਹੁਣ ਇੰਨੇ ਸਾਰੇ ਜਿਹੜਾ ਇੱਕ ਮੋਟੀਵੇਸ਼ਨ ਜਿਹੜਾ ਤੁਹਾਨੂੰ ਮਿਲਦਾ ਆ ਉਹ ਆਪਣੇ ਆਪ 'ਤੇ। ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਤੁਸੀਂ ਆਪਣੇ ਆਪ 'ਤੇ ਮੋਟੀਵੇਸ਼ਨ ਜਿਹੜਾ ਲਿਆ ਕਰੋ, ਆਪਣੇ ਆਪ ਤੋਂ ਮੋਟੀਵੇਟ ਹੋਇਆ ਕਰੋ। ਮੇਰਾ ਮੋਟੀਵੇਸ਼ਨ ਇਹ ਆ ਕਿ ਮੈਂ ਆਪਣੀ ਪੁਰਾਣੀ ਜੀਨਸ ਦੇ ਵਿੱਚ, ਮੈਂ ਪੁਰਾਣੀ ਆਪਣੀ ਡਰੈਸਸ ਦੇ ਵਿੱਚ, ਮੈਂ ਪੁਰਾਣੇ ਆਪਣੇ ਸੂਟ ਦੇ ਵਿੱਚ ਫਿੱਟ ਹੋਣਾ ਚਾਹੁੰਦੀ ਹਾਂ, ਕਿਉਂਕਿ ਮੈਨੂੰ ਜਿਹੜੇ ਸੂਟ ਬਹੁਤ ਪਸੰਦ ਹੈ, ਅਤੇ ਹੁਣ ਕਾਫੀ ਸਾਰੇ ਮੇਰੇ ਜਿਹੜੇ ਸੂਟਸ ਹੈਗੇ ਥੋੜ੍ਹੇ ਜਿਹੇ ਟਾਈਟ ਹੋ ਗਏ ਆ, ਚੀਜ਼ਾਂ ਉਹ ਵੀ ਘਟਾਉਣੇ ਆ। ਮੈਂ ਆਪਣੇ ਆਪ ਨੂੰ ਇੱਦਾਂ ਮੋਟੀਵੇਟ ਕਰ ਰਹੀ ਹਾਂ ਕਿ ਮੈਂ ਉਹਨਾਂ ਸੂਟਾਂ ਦੇ ਵਿੱਚ, ਆਪਣੇ ਜਿਹੜੇ ਪਹਿਲਾਂ ਦੇ ਮੇਰੇ ਸੂਟ ਪਏ ਆ ਉਹਨਾਂ ਦੇ ਵਿੱਚ ਮੈਂ ਫਿਕਸ ਹੋਣਾ ਚਾਹੁੰਦੀ ਹਾਂ। ਇਹ ਮੇਰੇ ਵਾਸਤੇ ਸਭ ਤੋਂ ਵੱਡਾ ਮੋਟੀਵੇਸ਼ਨ ਆ। ਸੋ ਇੱਦਾਂ ਤੁਸੀਂ ਵੀ ਆਪਣੇ ਆਪ ਤੋਂ ਮੋਟੀਵੇਟ ਹੋਇਆ ਕਰੋ, ਕੋਈ ਨਾ ਕੋਈ ਗੋਲ ਰੱਖੋ ਜਿਹਦੇ ਨਾਲ ਤੁਹਾਨੂੰ ਵੀ ਇੱਕ ਬੂਸਟਅਪ ਮਿਲਦਾ ਆ। ਜਦੋਂ ਤੱਕ ਤੁਹਾਡਾ ਗੋਲ ਨਹੀਂ ਹੋਊਗਾ ਅਤੇ ਉਦੋਂ ਤੱਕ ਤੁਹਾਨੂੰ, ਮਤਲਬ ਤੁਸੀਂ, ਤੁਹਾਡੀ ਬੋਡੀ ਚਾਰਜ ਅਪ ਨਹੀਂ ਹੋਊਗੀ, ਤੁਹਾਨੂੰ ਕਰੰਟ ਨਹੀਂ ਮਿਲੂਗਾ ਕਿ ਹਾਂ, ਤੁਹਾਨੂੰ ਉਹ ਕਿੱਕ ਨਹੀਂ ਮਿਲਦੀ ਹੈਗੀ ਕਿ ਹਾਂ ਆਪਾਂ
ਇਸ ਵਜ੍ਹਾ ਕਰਕੇ ਆਪਾਂ ਵੇਟ ਲੋਸ ਕਰਨਾ ਹੈ, ਇਸ ਵਜ੍ਹਾ ਕਰਕੇ ਆਪਾਂ ਕੋਈ ਕੰਮ ਕਰਨਾ। ਪਹਿਲਾਂ ਵਰਗਾ ਸਟੈਮਿਨਾ ਸਾਡੀ ਬੋਡੀ ਦੇ ਵਿੱਚ ਬਿਲਕੁਲ ਵੀ ਨਹੀਂ ਰਹਿੰਦਾ, ਸੋ ਹੌਲੀ ਹੌਲੀ ਆਪਾਂ ਪੌੜੀ ਪੌੜੀ ਚੜ੍ਹਦੇ ਹੋਏ ਆਪਾਂ ਗੋਲ ਅਚੀਵ ਕਰਨਾ ਆ। ਫਰੂਟ ਜਿੱਦਾਂ ਮੈਂ ਤੁਹਾਨੂੰ ਕਿਹਾ ਕਿ ਫਰੂਟ ਤੁਸੀਂ ਵਧਾ ਸਕਦੇ ਹੋ ਆਪਣੀ ਡਾਇਟ ਦੇ ਵਿੱਚ, ਅਤੇ ਇਹੋ ਜਿਹੀ ਡਾਇਟ ਰੱਖੋ ਜਿਹਦੇ ਨਾਲ ਤੁਹਾਨੂੰ ਵੀ ਪ੍ਰੋਪਰ ਨਿਊਟ੍ਰੀਸ਼ਨ ਮਿਲੇ ਅਤੇ ਤੁਹਾਡੀ ਬੇਬੀ ਨੂੰ ਵੀ ਪ੍ਰੋਪਰ ਨਿਊਟ੍ਰੀਸ਼ਨ ਮਿਲੇ ਅਤੇ ਵਜ਼ਨ ਘੱਟ ਹੋਣ 'ਚ ਵੀ ਤੁਹਾਨੂੰ ਹੈਲਪ ਮਿਲੇ। ਕਿੱਦਾਂ ਹੋ ਸਕਦਾ, ਫੈਟੀ ਜਿਹੜੇ ਫੂਡ ਹੈਗੇ ਆ, ਐਕਸਟਰਾ ਬਾਹਰ ਦੇ ਜਿਹੜੇ ਚੀਜ਼ਾਂ ਹੈਗੀਆਂ, ਐਕਸਟਰਾ ਓਇਲੀ ਚੀਜ਼ਾਂ ਹੈਗੀਆਂ, ਫਰਾਈਡ ਚੀਜ਼ਾਂ ਹੈਗੀਆਂ, ਆਪਾਂ ਉਹਨਾਂ ਨੂੰ ਅਵੋਇਡ ਕਰ ਸਕਦੇ ਹਾਂ। ਉਹ ਬੋਡੀ 'ਤੇ ਵਧੀਆ, ਬੋਡੀ ਵਾਸਤੇ ਵਧੀਆ ਵੀ ਨਹੀਂ ਹੁੰਦੀ, ਸਾਨੂੰ ਸਾਰਿਆਂ ਨੂੰ ਪਤਾ, ਉਹਦੇ ਨਾਲ ਸਿਰਫ ਵਜ਼ਨ ਹੀ ਵੱਧਦਾ। ਥੋੜ੍ਹੀ ਦੇਰ ਦਾ ਸਵਾਦ ਹੁੰਦਾ ਆ, ਇਹ ਮੈਨੂੰ ਸੀਖ ਮਿਲ ਚੁੱਕੀ ਹੈ, ਥੋੜ੍ਹੀ ਦੇਰ ਦਾ ਸਵਾਦ ਹੁੰਦਾ ਆ। ਉਹ ਤੁਸੀਂ ਇੱਕ ਬਾਈਟ ਲਉਂਗੇ ਤਾਂ ਵੀ ਤੁਹਾਨੂੰ ਉਹਦੇ ਵਿੱਚ ਉਹੀ ਟੇਸਟ ਆਊਗਾ, ਜੇ ਤੁਸੀਂ 10 ਬਾਈਟ ਲਉਂਗੇ ਤਾਂ ਤੁਹਾਨੂੰ ਉਹਦੇ ਵਿੱਚ ਵੀ ਸੇਮ ਟੇਸਟ ਆਊਗਾ। ਸੋ ਥੋੜ੍ਹੇ ਟਾਈਮ ਲਈ ਆਪਾਂ ਘਟਾ ਸਕਦੇ ਹਾਂ, ਜਿਹਦੇ ਕਰਕੇ ਸਾਡਾ ਵਜ਼ਨ ਵੀ ਘੱਟ ਸਕਦਾ। ਸੋ ਫਰਾਈਡ ਚੀਜ਼ਾਂ, ਜ਼ਿਆਦਾ ਸਪਾਈਸੀ ਚੀਜ਼ਾਂ ਆਪਾਂ ਉਹ ਵੀ ਅਵੋਇਡ ਕਰਨੀ ਆ, ਅਤੇ ਸ਼ੂਗਰ ਇਨਟੇਕ ਬਿਲਕੁਲ ਘੱਟ ਕਰਨਾ ਹੈ। ਅਤੇ ਜੇਕਰ ਤੁਹਾਨੂੰ ਪਸੰਦ ਹੈ, ਮੈਨੂੰ ਵੀ ਸ਼ੂਗਰ ਬਹੁਤ ਪਸੰਦ ਹੈ, ਬਟ ਇੱਕ ਬਾਈਟ ਲੈ ਸਕਦੇ ਆਪਾਂ, ਜਾਂ ਇੱਕ ਮੰਨ ਲਓ ਰਸਗੁੱਲਾ ਹੈਗਾ ਆ, ਇੱਕ ਗੁਲਾਬ ਜਾਮਨ, ਇੱਕ ਬਰਫੀ ਹੈ, ਉਹਨੂੰ ਇੱਕ ਵਾਰੀ ਖਾਣ ਤੋਂ ਇਲਾਵਾ ਆਪਾਂ ਉਹਦੀ ਬਾਈਟ ਲੈ ਸਕਦੇ ਹਾਂ। ਹਲਕੀ ਹਲਕੀ ਬਾਈਟ ਜਦੋਂ ਵੀ ਸਾਡਾ ਜੀ ਕਰੇ, ਇੱਕ ਬਾਈਟ ਉਦੋਂ ਲੈ ਲਈ। ਸੋ ਇਹਦੇ ਨਾਲ ਕੀ ਹੋਊਗਾ, ਸਾਡੇ ਟੇਸਟ ਬਡਸ ਜਿਹੜੇ ਆ ਉਹ ਵੀ ਠੰਡੇ ਰਹਿਣਗੇ, ਕਿ ਹਾਂ ਉਹਨਾਂ ਨੂੰ ਵੀ ਖਾਣ ਦੇ ਵਿੱਚ ਟੇਸਟ ਮਿਲ ਜੂਗਾ, ਅਤੇ ਸਾਡੀ ਬੋਡੀ ਨੂੰ ਵੀ ਐਕਸਟਰਾ ਸ਼ੂਗਰ ਨਹੀਂ ਮਿਲੇਗੀ। ਇੱਦਾਂ ਵੀ ਨਹੀਂ ਹੈ ਮੈਂ ਬਿਲਕੁਲ ਐਕਸਪਰਟ ਹਾਂ, ਮੈਂ ਬਿਲਕੁਲ ਹੀ ਖਾਣਾ ਬੰਦ ਕਰਤਾ ਹੈ, ਇੱਦਾਂ ਕੁਛ ਨਹੀਂ ਹੈ, ਮੈਂ ਪ੍ਰੋਪਰ ਖਾ ਰਹੀ ਹਾਂ, ਧਿਆਨ ਰੱਖ ਰਹੀ ਹਾਂ ਇਹਨਾਂ ਪੁਆਇੰਟਸ ਦਾ, ਕਿ ਐਕਸਟਰਾ ਜਿਹੜਾ ਮੇਰਾ ਹੁਣ ਤਾਂ ਵਜ਼ਨ ਜਿਹੜਾ ਮੇਰਾ ਗੇਨ ਹੋਇਆ ਪ੍ਰੈਗਨੈਂਸੀ ਦੇ ਵਿੱਚ ਵਧਿਆ, ਉਹ ਤਾਂ ਵਧਿਆ ਹੀ ਆ, ਅਤੇ ਐਕਸਟਰਾ ਮੇਰਾ ਹੋਰ ਵਜ਼ਨ ਨਾ ਵਧੇ ਇਸ ਕਰਕੇ ਮੈਂ ਮੈਨੇਜ ਕਰ ਰਹੀ ਹਾਂ। ਸੋ ਇਹਦੇ ਕਰਕੇ ਹੀ ਆਹ ਤੁਸੀਂ ਦੇਖ ਸਕਦੇ ਹੋ ਥੋੜ੍ਹਾ ਜਿਹਾ ਵਜ਼ਨ ਘਟਿਆ, ਅਤੇ ਥੋੜ੍ਹੀ ਜਿਹੀ ਸੰਤੁਸ਼ਟੀ ਆਪਾਂ ਨੂੰ ਹੁੰਦੀ ਹੈ, ਕਿਉਂਕਿ ਸਭ ਤੋਂ ਵੱਡਾ ਦੁੱਖ ਹੀ ਇਹੀ ਹੁੰਦਾ ਕਿ ਆਪਾਂ ਨਵੇਂ ਨਵੇਂ ਸੂਟ ਸਵਾਏ ਹੁਣ ਅਤੇ ਆਪਾਂ ਫਿੱਟ ਨਾ ਆਈਏ ਉਹਨਾਂ ਵਿੱਚ। ਤਾਂ ਤੁਸੀਂ ਦੇਖ ਸਕਦੇ ਹੋ ਕਿ ਸੋਹਣੇ ਸੋਹਣੇ ਤਿਆਰ ਹੋਏ ਹਾਂ। ਇਹ ਕੀ ਸੀ, ਮੈਂ ਹੁਣੇ ਮੇਕਅਪ ਟਿਊਟੋਰੀਅਲ ਜਿਹੜਾ ਆ ਉਹ ਮੈਂ ਸ਼ੂਟ ਕਰਕੇ ਹਟੀ ਹਾਂ, ਕਿਉਂਕਿ ਸਾਰਿਆਂ ਨੂੰ ਪਤਾ ਬੇਬੀ ਨਾਲ ਟਾਈਮ ਸਪੈਂਡ ਕਰਨਾ ਹੁੰਦਾ, ਬੇਬੀ ਨਾਲ ਬਿਲਕੁਲ ਵੀ ਟਾਈਮ ਨਹੀਂ, ਜਦੋਂ ਟਾਈਮ ਮਿਲਦਾ ਮੈਨੂੰ ਇਹ ਹੁੰਦਾ ਕਿ ਮੈਂ ਰਿਕਾਰਡ ਕਰਕੇ ਰੱਖ ਲਾਂ ਤੁਹਾਡੇ ਵਾਸਤੇ। ਸੋ ਅੱਜ ਮੈਨੂੰ ਫਾਈਨਲੀ ਟਾਈਮ ਮਿਲਿਆ, ਬੇਬੀ ਖੇਡ ਰਿਹਾ ਆਪਣਾ ਦਾਦਾ ਦਾਦੀ ਦੇ ਨਾਲ, ਸੋ ਇਸ ਕਰਕੇ ਮੈਂ ਆਹ ਮੇਕਅਪ ਲੁੱਕ ਜਿਹੜਾ ਇਹਦਾ ਵਲੋਗ ਬਣਾਇਆ, ਅਤੇ ਮੈਂ ਬਹੁਤ ਛੇਤੀ ਤੁਹਾਡੇ ਨਾਲ ਸ਼ੇਅਰ ਕਰੂੰਗੀ। ਸੋ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਕਿ ਕਿੱਦਾਂ ਲੱਗੀ ਤੁਹਾਨੂੰ ਇਹ ਲੁੱਕ, ਅਤੇ ਕਿੱਦਾਂ ਲੱਗੀ ਮੇਰੀ ਟਿਪਸ, ਤੁਸੀਂ ਉਹ ਵੀ ਜ਼ਰੂਰ ਦੱਸਣਾ ਆ। ਅਤੇ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਜਿਨ੍ਹਾਂ ਨੇ ਵੇਟ ਲੋਸ ਕੀਤਾ ਆ, ਅਤੇ ਉਹਨਾਂ ਨੇ ਕਿਹੜੀ ਟਿਪਸ ਜਿਹੜੀਆਂ ਅਪਣਾਈਆਂ ਸੀ, ਉਹ ਵੀ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ, ਕਿ ਮੈਨੂੰ ਵੀ ਉਹਦੇ ਨਾਲ ਇਨਫੋਰਮੇਸ਼ਨ ਮਿਲੂਗੀ, ਮੈਨੂੰ ਵੀ ਨੌਲੇਜ ਮਿਲੂਗੀ ਕਿ ਹਾਂ ਉਹ ਵੀ ਮੈਂ ਇਨਫੋਰਮੇਸ਼ਨ ਜਿਹੜੀ ਆ ਉਹ ਵੀ ਮੈਂ ਟ੍ਰਿਕਸ ਜਿਹੜੀਆਂ ਯੂਜ਼ ਕਰਕੇ ਵੇਟ ਲੋਸ ਕਰ ਸਕਦੀ ਹਾਂ, ਕਿ ਮੈਨੂੰ ਵੀ ਜ਼ਰੂਰਤ ਹੈ। ਅਤੇ ਮੇਰੇ ਨਾਲ ਨਾਲ ਬਾਕੀ ਜਿਹੜੀ ਹੋਰ ਕੁੜੀਆਂ ਵੀ ਹੈਗੀਆਂ ਜਿਨ੍ਹਾਂ ਨੂੰ ਵੇਟ ਲੋਸ ਕਰਨਾ ਆਫਟਰ ਪ੍ਰੈਗਨੈਂਸੀ, ਅਤੇ ਉਹਨਾਂ ਨੂੰ ਵੀ ਹੈਲਪ ਮਿਲੂਗੀ। ਅਤੇ ਤੁਹਾਡੀ ਜਰਨੀ ਕਿੱਦਾਂ ਦੀ ਰਹੀ ਵੇਟ ਲੋਸ ਦੀ, ਤੁਸੀਂ ਉਹ ਵੀ ਸ਼ੇਅਰ ਕਰ ਸਕਦੇ ਹੋ ਕਿ ਤੁਸੀਂ ਕਿੰਨੇ ਟਾਈਮ ਦੇ ਵਿੱਚ ਕਿੱਦਾਂ ਵੇਟ ਲੋਸ ਕੀਤਾ, ਕਿਹੜੀ ਚੀਜ਼ਾਂ ਆਪਾਂ ਖਾ ਸਕਦੇ ਹਾਂ ਡਾਇਟ ਦੇ ਵਿੱਚ, ਉਹ ਵੀ ਤੁਸੀਂ ਜ਼ਰੂਰ ਦੱਸਿਓ, ਕਿ ਮੈਂ ਵੀ ਤੁਹਾਡੇ ਵਰਗੀ ਹਾਂ, ਮੈਨੂੰ ਵੀ ਵਧੀਆ ਲੱਗੂਗਾ ਕਿ ਮੇਰੀ ਭੈਣਾਂ ਮੇਰੇ ਨਾਲ ਕੁਛ ਸ਼ੇਅਰ ਕਰਨਗੀਆਂ। ਥੈਂਕ ਯੂ ਸੋ ਮੱਚ ਸਾਰੀ ਵੀਡੀਓਜ਼ ਨੂੰ ਇੰਨਾ ਜ਼ਿਆਦਾ ਪਿਆਰ ਦੇਣ ਲਈ, ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ, ਆਉਣ ਵਾਲੇ ਵਲੋਗਸ ਜਿਹੜੇ ਆ ਉਹਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ, ਅਤੇ ਕੋਈ ਵੀ ਵਲੋਗ ਜਿਹੜਾ ਤੁਹਾਡੇ ਤੋਂ ਮਿਸ ਨਾ ਹੋਵੇ। ਥੈਂਕ ਯੂ ਸੋ ਮੱਚ, ਬਾਏ ਬਾਏ।